ਵੈਸੇ ਤਾਂ ਹਿੰਦੁਸਤਾਨ ਦੇ ਵਿੱਚ ਚੰਗਾ ਵਿਹਾਰ ਅਸੀਂ ਕੇਵਲ ਧਾਰਮਿਕ ਸਥਾਨ ਤੇ ਹੀ ਕਰਦੇ ਹਾਂ ਧਾਰਮਿਕ ਸਥਾਨ ਤੇ ਅਸੀਂ ਇਨਸਾਨਾਂ ਵਾਂਗ ਪੇਸ਼ ਆਉਂਦੇ ਹਾਂ ਧਾਰਮਿਕ ਸਥਾਨ ਤੇ ਤੁਸੀਂ ਕਿਸੇ ਬਹੁਤ ਵੱਡੇ ਅਫਸਰ ਨੂੰ ਵੀ ਨਮਸਕਾਰ ਕਰੋ ਉਹ ਜਵਾਬ ਦੇਵੇਗਾ ਬਿਲਕੁਲ ਉਂਝ ਭਾਵੇਂ ਹੋ ਸਕੇ ਤੁਹਾਨੂੰ ਪਛਾਣੇ ਵੀ ਨਾ ਸਹੀ ਗੱਲ ਹੈ ਪਰੰਤੂ ਉਸ ਥਾਨ ਦਾ ਪ੍ਰਭਾਵ ਹੁੰਦਾ ਹੈ ਸਥਾਨ ਦਾ ਪ੍ਰਭਾਵ ਹੁੰਦਾ ਹੈ ਵਿਅਕਤੀਆਂ ਦਾ ਪ੍ਰਭਾਵ ਹੁੰਦਾ ਹੈ ਵਾਤਾਵਰਣ ਦਾ ਪ੍ਰਭਾਵ ਹੁੰਦਾ ਹੈ ਮੌਸਮ ਦਾ ਪ੍ਰਭਾਵ ਹੁੰਦਾ ਹੈ ਬਹੁਤ ਸਾਰੇ ਪ੍ਰਭਾਵ ਹੁੰਦੇ ਹਨ ਉਹਨਾਂ ਪ੍ਰਭਾਵਾਂ ਦੇ ਅਧੀਨ ਸਾਡਾ ਵਿਹਾਰ ਜਿਹੜਾ ਹੈ ਉਹ ਚੱਲਦਾ ਹੈ ਦਿੱਲੀ ਦੇ ਵਿੱਚ ਕਿਸੇ ਦੀ ਇੰਟਰਵਿਊ ਸੀ ਹਾਂਜੀ ਉਹ ਬੰਦੇ ਨੇ ਅਲੀਗੜ ਤੋਂ ਆਉਣਾ ਸੀ ਅਲੀਗੜ ਕੋਈ 80 ਕਿਲੋਮੀਟਰ ਜਾਂ ਮੀਲ ਹੈਗਾ ਦਿੱਲੀ ਤੋਂ ਨੇੜੇ ਹੀ ਹੈ ਜੀ ਤੇ ਉਹ ਬੰਦੇ ਨੂੰ ਅਸੀਂ ਜਾਣਦੇ ਵੀ ਸੀਗੇ ਇਹ ਮੁੰਡਾ ਲਾਇਕ ਵੀ ਸੀਗਾ ਸਾਰੇ ਉਸ ਨੂੰ ਜਾਣਦੇ ਸੀ ਉਹਨੇ ਲੱਗ ਜਾਣਾ ਸੀ ਜੇ ਆਜੰਦਾ ਉਹ ਪਹੁੰਚਿਆ ਹੀ ਨਹੀਂ ਠੀਕ ਹੈ ਜਦੋਂ ਪਹੁੰਚਿਆ ਉਹਰੇ ਵਾਲ ਖਿੰਡੇ ਹੋਏ ਮਤਲਬ ਕਿ ਜਿਹਨੂੰ ਕਹਿੰਦੇ ਜਿਵੇਂ ਭੱਜ ਕੇ ਆਇਆ ਹੁੰਦਾ ਜਿਵੇਂ ਦੌੜ ਕੇ ਆਇਆ ਦੌੜ ਕੇ ਆਇਆ ਹੁੰਦਾ ਤੇ ਜਿਹੜੇ ਇੰਟਰਵਿਊ ਲੈ ਰਹੇ ਸੀ ਉਹਨਾਂ ਨੇ ਉਹਨੂੰ ਉਹਦੇ ਇੰਟਰਵਿਊ ਕਰਨ ਤੋਂ ਇਨਕਾਰ ਕਰ ਦਿੱਤਾ ਠੀਕ ਹੈ ਮੈਂ ਲਾ ਪੜਿਆ ਹੋਇਆ ਸੀ ਮੈਂ ਉਹਨਾਂ ਨੂੰ ਕਿਹਾ ਮੈਂ ਕਹਿੰਦਾ ਇਹ ਇੰਟਰਵਿਊ ਲੈ ਲਓ ਹਾਂਜੀ ਹਾਂ ਇਹ ਭਾਵੇਂ ਲੇਟ ਆਇਆ ਹੈ ਠੀਕ ਹੈ ਤੇ ਇਹ ਜੇ ਤੁਸੀਂ ਇਹ ਇੰਟਰਵਿਊ ਨਹੀਂ ਲਾਉਂਗੇ ਇਸ ਗੱਲ ਦਾ ਇਹ ਮੁਕੱਦਮਾ ਕਰ ਸਕਦਾ ਹੈ ਹੈ ਬਿਲਕੁਲ ਕਿ ਮੇਰੀ ਤਾਂ ਇਹਨਾਂ ਨੇ ਇੰਟਰਵਿਊ ਹੀ ਨਹੀਂ ਲਈ ਨਹੀਂ ਨਹੀਂ ਜੀ ਅਜਾ ਇੰਟਰਵਿਊ ਜ਼ਰੂਰ ਲੈ ਲਓ ਜੇਕਰ ਨਹੀਂ ਤੁਹਾਨੂੰ ਸੂਟ ਕਰਦਾ ਹੈ ਨਹੀਂ ਲੱਗ ਰਿਹਾ ਹੈ ਪ੍ਰੋਪਰ ਪ੍ਰਤੀਤ ਹੁੰਦਾ ਤੁਸੀਂ ਇਹਨੂੰ ਨਾ ਰੱਖਣਾ ਪਰੰਤੂ ਇੰਟਰਵਿਊ ਕਰ ਲਓ ਹਾਂਜੀ ਹਾਂਜੀ ਇੰਟਰਵਿਊ ਉਹਦੇ ਲੈ ਲਿਆ ਉਹਨਾਂ ਨੇ ਮਿਸਾਲ ਦੇ ਤੌਰ ਤੇ ਪਰੰਤੂ ਉਸ ਦੇ ਨਾ ਲੱਗਣ ਦਾ ਅਸਲ ਕਾਰਨ ਇਹ ਸੀ ਕਿ ਉਸਨੇ ਇਸ ਗੱਲ ਨੂੰ ਯੋਗ ਨਹੀਂ ਸਮਝਿਆ ਕਿ ਮੈਂ ਵਕਤ ਸਿਰ ਪਹੁੰਚਾਂ ਵਕਤ ਸਿਰ ਪਹੁੰਚਾ ਉਹਨੂੰ ਵਕਤ ਸਿਰ ਪਹੁੰਚਣਾ ਚਾਹੀਦਾ ਸੀ ਠੀਕ ਹੈ ਇੱਕ ਵਾਰੀ ਮੈਂ ਅਮਰitsar ਠਹਿਰਾ ਹੋਇਆ ਸੀ ਗੈਸਟ ਹਾਊਸ ਦੇ ਵਿੱਚ ਤੇ ਸੈਲ ਵਾਲੀ ਘੜੀ ਸੀ ਹਾਂਜੀ 6 ਵਜੇ ਮੇਰੀ ਘੜੀ ਸੀ ਟਿਕਟ ਲਈ ਹੋਈ ਸੀ ਮੈਂ ਰੈਜ਼ਰਵੇਸ਼ਨ ਕਰਵਾਈ ਹੋਈ ਸੀ ਠੀਕ ਹੈ ਉਹ ਮੈਂ ਦੇਖਿਆ ਸਵੇਰੇ 5 ਵਜੇ 5 ਵਜੇ ਮੈਂ ਉੱਠਣ ਦਾ ਮਨਾਇਆ ਸੀ ਹਾਂਜੀ ਤੇ ਉਹ 5 ਵਜੇ ਹੋਏ ਹਾਂ ਹਾਂਜੀ ਫਿਰ ਮੈਨੂੰ ਖਿਆਲ ਆਵੇ ਇਹਦਾ ਤਾਂ ਸੈਲੀ ਖਤਮ ਹੋ ਗਿਆ ਠੀਕ ਹੈ ਸੋ ਘੜੇ ਜਿਹੜੇ ਆ ਉਹ ਲੈ ਕੇ ਜਾਓ ਜਿਹੜੀ ਰਿਲਾਈਏਬਲ ਹੈ ਜਿਹੜੇ ਠੀਕ ਟਾਈਮ ਦਿੰਦੀ ਹੈ ਜਿਹੜੇ ਪੱਕਾ ਟਾਈਮ ਦਿੰਦੀ ਹੈ ਸੋ ਕੋਈ ਨਾ ਕੋਈ ਯੰਤਰ ਕੋਈ ਨਾ ਕੋਈ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਜਿਸ ਨਾਲ ਤੁਹਾਨੂੰ ਪਤਾ ਲੱਗੇ ਕਿ ਤੁਸੀਂ ਕਿੰਨੇ ਦੂਰ ਹੋ ਤੇ ਕਿੰਨਾ ਵਕਤ ਹੋਰ ਲੱਗੇਗਾ ਘੜੀ ਨਾ ਹੋਣ ਕਰਕੇ ਇਹ ਕੇਵਲ ਘੜੀ ਕਰਕੇ ਨਹੀਂ ਹੈ ਹਾਂਜੀ ਹਾਂਜੀ ਸਾਨੂੰ ਹਰ ਵੇਲੇ 6-7 ਚੀਜ਼ਾਂ ਆਪਣੇ ਜੇਬ ਦੇ ਵਿੱਚ ਜਾਂ ਬੰਨ ਕੇ ਰੱਖਣ ਦੀ ਆਦਤ ਹੁੰਦੀ ਹੈ ਇੱਕ ਅਸੀਂ ਕਹਿੰਦੇ ਨੇ ਕਿ ਸਾਨੂੰ ਸਾਰਾ ਕੁਝ ਮਿਲ ਗਿਆ ਫਿਰ ਵੀ ਸਾਡੀਆਂ ਕੋਈ ਆਦਤਾਂ ਹੁੰਦੀਆਂ ਨੇ ਵੀ ਅਸੀਂ ਖੁਸ਼ ਨਹੀਂ ਰਹਿ ਸਕਦੇ ਵੀ ਜੇ ਅਸੀਂ ਖੁਸ਼ ਰਹਿਣਾ ਹੋਵੇ ਤਾਂ ਅਸੀਂ ਕਿਸ ਆਦਤ ਨੂੰ ਜ਼ਿਆਦਾ ਲਾਗੂ ਕਰੀਏ ਖੁਸ਼ ਰਹਿਣਾ ਜਿਹੜਾ ਹੈਗਾ ਉਹ ਇੱਕ ਹੁੰਦਾ ਬਿਰਤੀ ਬਿਰਤੀ ਦਾ ਮਤਲਬ ਹੁੰਦਾ ਹੈ ਸੁਭਾਅ ਜਿਹੜਾ ਬੰਦਾ ਸਵੇਰੇ ਜਾਗੇਗਾ ਜੀ ਸਵੇਰੇ ਜਾਗਣਾ ਜਿਹੜਾ ਇੱਕ ਬਿਰਤੀ ਹੈ ਉਹਦਾ ਆਦਤ ਹੀ ਕਹਿ ਲਓ ਆਦਤ ਕਹਿ ਲਓ ਪਰੰਤੂ ਸਵੇਰੇ ਜਾਗਣ ਵਾਲਾ ਖੁਸ਼ ਰਹੇਗਾ ਠੀਕ ਹੈ ਮਤਲਬ ਕਹਿਣ ਦਾ ਇਹ ਹੈ ਕਿ ਕੋਈ ਜਦੋਂ ਜੇ ਤੁਸੀਂ ਪ੍ਰਾਪਤ ਕਰਨੀ ਚਾਹੁੰਦੇ ਹੋ ਉਸ ਨੂੰ ਪ੍ਰਾਪਤ ਕਰਨ ਵਾਸਤੇ ਜਿਹੜਾ ਢੰਗ ਹੈ ਉਹ ਵੀ ਤਾਂ ਅਪਣਾਉਣਾ ਪਾਊਗਾ ਨਾ ਬਿਲਕੁਲ ਜੇਕਰ ਤੁਸੀਂ ਤੰਦਰੁਸਤ ਰਹਿਣਾ ਚਾਹੁੰਦੇ ਹੋ ਤੇ ਜੇਕਰ ਤੁਸੀਂ 5-6 ਪਰੌਂਠੇ ਵੀ ਖਾ ਲਓਗੇ ਤਾਂ ਫਿਰ ਤੰਦਰੁਸਤ ਕਿਵੇਂ ਰਹੋਗੇ ਥੋੜਾ ਤੁਰੇ ਵੀ ਜਾਊਗਾ ਬਿਲਕੁਲ ਸੋ ਜੋ ਕੁਝ ਪਹਿਲਾਂ ਕਰਨ ਦੀ ਲੋੜ ਹੈ ਜੀਵਨ ਦੇ ਵਿੱਚ ਸੁਖੀ ਹੋਵੋਗੇ ਤੁਹਾਡੇ ਚੰਗਾ ਉਹਦਾ ਮਿਲ ਜਾਏਗਾ ਚੰਗੀ ਜਗ੍ਹਾ ਤੇ ਤੁਹਾਨੂੰ ਜੌਬ ਮਿਲ ਜਾਏਗੀ ਪਰੰਤੂ ਉਹਦੇ ਵਾਸਤੇ ਮਿਹਨਤ ਕਰਨੀ ਪਵੇਗੀ ਮਿਹਨਤ ਕਰੋਗੇ ਤਾਂ ਉਸ ਤੋਂ ਬਾਅਦ ਖੁਸ਼ੀ ਆਏਗੀ ਇਹ ਨਹੀਂ ਆ ਕਿ ਤੁਸੀਂ ਖੁਸ਼ੀ ਲੈਣ ਵਾਸਤੇ ਬੈਠ ਜਾਓ ਤੇ ਕਹੋਗੇ ਮੈਂ ਖੁਸ਼ ਹੋ ਲਵਾਂ ਮੈਂ ਖੁਸ਼ ਹੋ ਲਵਾਂ ਜਿਵੇਂ ਨਹੀਂ ਹੋਏਗਾ ਉਹਦੇ ਵਾਸਤੇ ਕੁਝ ਕਰਨਾ ਪਏਗਾ ਜਿਹੜੇ ਖੁਸ਼ ਰਹਿਣਾ ਨਾ ਇਹ ਫਲ ਹੈ ਜੀ ਜੀ ਉਹ ਫਲ ਪ੍ਰਾਪਤ ਕਰਨ ਵਾਸਤੇ ਕਾਰਜ ਕਰਨਾ ਪਏਗਾ ਉਹ ਕਾਰਜ ਕਰੋਗੇ ਤਾਂ ਤੁਹਾਨੂੰ ਖੁਸ਼ੀ ਮਿਲੇਗੀ ਜਦੋਂ ਆਪਾਂ ਕਿਸੇ ਦੀ ਹੈਲਪ ਕਰਕੇ ਬੜੇ ਖੁਸ਼ ਹੁੰਦੇ ਹਾਂ ਤੁਹਾਨੂੰ ਹੈਲਪ ਕਰਨ ਨਾਲ ਸਾਨੂੰ ਐਫਰਟ ਕਰਨੀ ਪੈਗੀ ਸਾਨੂੰ ਕੋਸ਼ਿਸ਼ ਕਰਨੀ ਪੈਗੀ ਉਸ ਨੂੰ ਆਪਣਾ ਵਕਤ ਦੇਣਾ ਪਏਗਾ ਉਸ ਵੱਲ ਧਿਆਨ ਦੇਣਾ ਪਏਗਾ ਸੋ ਖੁਸ਼ੀ ਜਿਹੜੀ ਹੈਗੀ ਆ ਉਹ ਚੰਗੀਆਂ ਆਦਤਾਂ ਦਾ ਨਤੀਜਾ ਹੁੰਦੀ ਹੁੰਦੀ ਆ ਜੀ ਜੀ ਚੰਗੀ ਆਦਤ ਆਪਣੇ ਆਪ ਦੇ ਵਿੱਚ ਇੱਕ ਗੁਣ ਹੁੰਦਾ ਹੈ ਜੀ ਇਹ ਕੇਵਲ ਗੁਣ ਹੀ ਨਹੀਂ ਹੁੰਦਾ ਹਰ ਗੁਣ ਦਾ ਇੱਕ ਭਾਗ ਵੀ ਹੁੰਦਾ ਜੀ ਜੀ ਮਤਲਬ ਚੰਗੀਆਂ ਆਰਤਾਂ ਕਰਕੇ ਹੀ ਲੋਕ ਸਾਨੂੰ ਪਸੰਦ ਕਰਨਗੇ ਚੰਗੀਆਂ ਆਰਤਾਂ ਕਰਕੇ ਹੀ ਅਸੀਂ ਕਿਸੇ ਜਗ੍ਹਾ ਤੇ ਪ੍ਰਵਾਨ ਕੀਤੇ ਜਾਵਾਂਗੇ ਹਰ ਬੰਦਾ ਜਿਹੜਾ ਸਾਡੇ ਘਰ ਆਉਂਦਾ ਨਾ ਮਿਸਾਲ ਦੇ ਤੌਰ ਤੇ ਜੀ ਉਸ ਦੀਆਂ ਆਤਾਂ ਅਸੀਂ ਵੇਖਦੇ ਆਂ ਬਿਲਕੁਲ ਸਰ ਤੇ ਫਿਰ ਅਸੀਂ ਵੇਖਦੇ ਆਂ ਕਿ ਇਹਦੇ ਨਾਲੋਂ ਮੇਰਾ ਵਖਰੇਵਾ ਕੀ ਹੈ ਜੀ ਉਹ ਸੁਪੋਜ਼ ਕਰੋ ਮੇਰੇ ਘਰ ਕੋਈ ਆਇਆ ਜੀ ਤੇ ਬੱਚੇ ਜਿਹੜੇ ਹੈ ਬੱਚੇ-ਬੱਚੇ ਹੁੰਦੇ ਆ ਹਾਂਜੀ ਹਾਂਜੀ ਉਹਨਾਂ ਦਾ ਵਿਹਾਰ ਮੈਨੂੰ ਪ੍ਰਵਾਨ ਹੋਏਗਾ ਪਰੰਤੂ ਜੇਕਰ ਬੱਚੇ ਮੇਰੇ ਡਰਾਈング ਰੂਮ ਦੇ ਵਿੱਚ ਫੁੱਟਬਾਲ ਖੇਡਣਾ ਚਾਹਣ ਉਹ ਨਹੀਂ ਮੈਨੂੰ ਪ੍ਰਵਾਨ ਹੋਊਗਾ ਉਹਨਾਂ ਦੀ ਉਹ ਆਦਤ ਨਹੀਂ ਮੈਨੂੰ ਪਸੰਦ ਹੋਊਗੀ ਬਿਲਕੁਲ ਸੋ ਮੈਂ ਉਹ ਕਹਿ ਵੀ ਦਵਾਗਾ ਕਿ ਇੱਥੇ ਖੇਡਣਾ ਨਹੀਂ ਹੈ ਇੱਥੇ ਫੁੱਟਬਾਲ ਨਾਲ ਨਹੀਂ ਖੇਡਣਾ ਬਿਲਕੁਲ ਸੋ ਕਹਿਣ ਤੋਂ ਭਾਵ ਹੈ ਐਡਜਸਟਮੈਂਟ ਦਾ ਵੀ ਮਤਲਬ ਇਹੀ ਹੈ ਜੀ ਜੀ ਮੇਰੀਆਂ ਆਪ ਤਾਂ ਤੁਹਾਡੀਆਂ ਆਰਤਾਂ ਦੋਹਾਂ ਦੀਆਂ ਆਤਮਾਂ ਦੇ ਮੇਲ ਦੇ ਨਾਲ ਆਪਾਂ ਰਲ ਕੇ ਰਹਿਣਾ ਤੇ ਉਹ ਐਡਜਸਟਮੈਂਟ ਇਸ ਨੂੰ ਕਹਿੰਦੇ ਹੈ